ਅਸਲਾਮ ਵਾਲੇਕਮ ਆਪਣਾ ਪੰਜਾਬ ਵਾਲੇ ਵੀਰੋ ਸਭ ਕਿਵੇਂ ਤਗੜੇ ਹੋ ਯਾਰ ਮੈਨੂੰ ਨਾ ਜਿਆਦਾ ਲੋਕ ਜਾਣਦੇ ਤੇ ਜਿਆਦਾ ਨਹੀਂ ਵੀ ਜਾਣਦੇ ਜਿੰਨਾਂ ਨੂੰ ਸਬਸਕ੍ਰਾਈਬ ਕੀਤਾ ਆ ਵਾ ਮੋਸਟਲੀ ਲੋਕੋ ਮੈਨੂੰ ਨਹੀਂ ਜਾਣਦੇ ਲੋਕ ਅੱਛਾ ਗੱਲ ਤੁਹਾਨੂੰ ਇਹ ਕਰਨੀ ਸੀ ਕਿ ਮੈਂ ਤੁਹਾਡੇ ਕੋਲ ਇੱਕ ਚੀਜ਼ ਲੈ ਕੇ ਆਇਆ ਵਾਂ ਉਹ ਤੁਹਾਨੂੰ ਮੈਂ ਦਿਖਾਉਂਦਾ ਵਾਂ ਠੀਕ ਆ ਇਹ ਚੀਜ਼ ਹੈਗੀ ਆ ਜੀ ਇਹਦੇ ਉੱਪਰ ਉਹ ਲਿਖਿਆ ਹੋਇਆ ਪ੍ਰੋਫੈਸ਼ਨਲ ਫਾਰਮ ਨੰਬਰ ਲਿਖਿਆ ਆ ਦੇ ਉੱਪਰ ਤੇ ਮੈਗਨਾਕਸਾਈਡ ਦਾ ਲਿਖਿਆ ਹੋਇਆ ਤੇ ਇਹ ਹੈਗਾ ਜੀ ਪ੍ਰੋਫੈਸ਼ਨਲ ਟੈਕਸਟ ਟੈਕਸਾਈ ਸਾਨੂੰ ਆਇਆ ਹੈ ਉਹ ਥੋੜਾ ਗੱਲ ਕਰਦਾ ਬਕਸੇ ਦੇ ਮੈਂ ਪੈਨਸਲ ਲੈ ਕੇ ਆਂਦਾ ਨਹੀਂ ਦੁਕਾਨ ਹੈਗੀ ਸਟੇਸ਼ਨਰੀ ਮੈਂ ਪੈਨਸਲ ਲੈ ਕੇ ਆਇਆ ਮੈਂ ਟੈਕਸ ਦੇ ਕੇ ਲੈ ਕੇ ਆਇਆ ਮੈਂ ਕਾਪੀ ਲੈ ਰਿਹਾ ਟੈਕਸ ਦੇ ਰਿਹਾ ਮੈਂ ਪੈਨ ਲੈ ਰਿਹਾ ਮੈਂ ਟੈਕਸ ਦੇ ਰਿਹਾ ਮੈਂ ਲਾਈਟ ਚ ਲਾ ਰਿਹਾ ਟੈਕਸ ਦੇ ਰਿਹਾ ਮੈਂ ਸਕੂਟਰ ਚ ਤੇਲ ਪਵਾ ਰਿਹਾ ਤਾਂ ਮੈਂ ਟੈਕਸ ਦੇ ਰਿਹਾ ਮੈਂ ਸਿਗਰਟ ਪੀਣ ਲਈ ਲੈ ਰਿਹਾ ਵਾ ਤੇ ਉਹਦਾ ਵੀ ਟੈਕਸ ਦੇ ਰਿਹਾ ਮੈਂ ਚਾਹ ਲੈ ਰਿਹਾ ਵਾ ਚਾਹ ਦਾ ਵੀ ਟੈਕਸ ਦੇ ਰਿਹਾ ਫਿਰ ਬਾਅਦ ਚ ਉਹ ਆ ਜਾਂਦੇ ਅਸੀਂ ਦੂਸਰੇ ਪਾਸੇ ਆ ਜਾਂਦੇ ਕਿ ਨਾਲ ਮੇਰਾ ਮੂਵੀ ਦਾ ਵੀ ਕੰਮ ਹੈਗਾ ਵਾ ਉਹਦੇ ਵਿੱਚ ਕੀ ਹੈ ਮੈਂ ਅਗਰ ਜੇ ਕੋਈ ਵੀ ਸੌਫਟਵੇਅਰ ਬਾਇ ਕਰਦਾ ਵੇ ਤੇ ਉਹਦਾ ਵੀ ਮੈਂ ਟੈਕਸ ਦੇ ਰਿਆ ਮੈਂ ਫੋਟੋ ਐਡੀਟਿੰਗ ਦਾ ਵੀ ਟੈਕਸ ਦੇ ਰਿਆ ਮੈਂ ਵੀਡੀਓ ਵਾਸਤੇ ਵੀ ਜਿਹੜੇ ਹੈਗੇ ਆ ਜਿੰਨੇ ਵੀ ਐਪਸ ਨੇ ਜਾਂ ਸੌਫਟਵੇਅਰ ਨੇ ਸਭ ਦਾ ਮੈਂ ਟੈਕਸ ਦੇ ਰਿਆ ਫਿਰ ਮੇਰਾ ਕੀ ਆ ਬਿਜਲੀ ਦਾ ਤੁਹਾਨੂੰ ਮੈਂ ਦੱਸ ਚੁੱਕਾ ਮੈਂ ਟੈਕਸ ਦੇ ਰਿਆ ਹਾਲਾਂਕਿ ਮੇਰੀ ਦੁਕਾਨ ਆ ਸਟੇਸ਼ਨਰੀ ਦੀ ਹੈ ਨਾਲ ਮੇਰੇ ਕੋਈ ਹੈਗਾ ਵਾ ਆਪਣਾ ਮੇਰਾ ਕੈਮਰਾਮੈਨ ਨਹੀਂ ਹੈ ਮੇਰੀ ਠੀਕ ਆ ਹਰ ਚੀਜ਼ ਦਾ ਮੈਂ ਟੈਕਸ ਦੇ ਰਿਹਾ ਮਤਲਬ ਕਿ ਹੱਗਣ ਤੋਂ ਲਾ ਕੇ ਹੈ ਨਾ ਤੇ ਹਰ ਕੰਮ ਤੱਕ ਮੈਂ ਟੈਕਸ ਦੇ ਰਿਹਾ ਵਾਂ ਫਿਰ ਸਮਝ ਨਹੀਂ ਆ ਰਹੀ ਆ ਮੈਨੂੰ ਗਵਰਨਮੈਂਟ ਨੇ 4000 ਰੁਪਏ ਦਾ ਟੈਕਸ ਦਿੱਤਾ ਹੈ ਕਿਸ ਚੀਜ਼ ਦਾ ਦਿੱਤਾ ਇਹ ਨਹੀਂ ਹਲਦੀ ਸਮਝ ਲੱਗੀ ਹੈਗੀ ਇਹ ਕਹਿੰਦਾ ਮੈਨੂੰ ਨਹੀਂ ਦਿੱਤਾ ਐਸ ਬਰੋਦ ਉਪਰ ਜਿੰਨੀਆਂ ਵੀ ਦੁਕਾਨਾਂ ਵਾਂ ਦੋ ਬੰਦੇ ਆ ਰਹੇ ਆ ਨਾਮ ਲਿਖ ਰਹੇ ਦੁਕਾਨ ਦਾ ਉਦੋਂ ਉਪਰ ਲਿਖ ਰਹੇ ਜੀ ਆ ਤੁਹਾਡਾ ਇਹਨਾਂ ਟੈਕਸ ਹਰ ਦੁਕਾਨਦਾਰ ਨੂੰ 4000 ਦਾ ਟੈਕਸ ਆਇਆ ਜਿਹੜਾ ਕਿ ਅਸੀਂ ਅੱਗੇ ਵੀ ਡੇਲੀ ਟੈਕਸ ਦੇਨੇ ਹਰ ਚੀਜ਼ ਦਾ ਦੇ ਰਹੇ ਕੋਈ ਚੀਜ਼ ਬਾਈਕ ਕਰ ਰਹੇ ਆ ਅਸੀਂ ਟੈਕਸ ਦੇ ਰਹੇ ਆ ਜੇ ਕੋਈ ਸਾਡੇ ਕੋਲ ਸੇਲ ਹੈ ਬਾਹਰ ਆ ਰਿਹਾ ਤੇ ਉਹ ਸਾਡੇ ਕੋਲ ਸੇਲ ਕਰ ਰਿਹਾ ਅਸੀਂ ਉਹਨੂੰ ਕੋਈ ਚੀਜ਼ ਸੇਲ ਕਰ ਰਹੇ ਆ ਤੇ ਉਹ ਵੀ ਉਹਦਾ ਟੈਕਸ ਦੇ ਰਿਹਾ ਵਾ ਫਿਰ ਆ ਕਿਸ ਚੀਜ਼ ਦਾ ਟੈਕਸ ਆ ਰਿਹਾ ਸਮਝ ਨਹੀਂ ਏਸੀ ਦੀ ਮੈਨੂੰ ਸਮਝ ਨਹੀਂ ਆ ਰਹੀ ਇਵਨ ਕਿ ਮੈਂ ਮੋਬਾਈਲ ਦੀ ਵਿੱਚ ਹੈਂਡਫੀਡ ਲੈ ਰਿਹਾ ਹਾਂ ਹੈਂਡਫੀਡ ਦੇ ਉੱਪਰ ਵੀ ਲਿਖਿਆ ਹੋਇਆ ਸਾਰੀ ਪੂਰੀ ਡਿਟੇਲ ਲਿਖੀ ਸੀ ਉਹਨਾਂ ਨੇ ਕਿ ਤੁਹਾਨੂੰ ਇਹ 95 ਰੁਪਏ ਦੀ ਪਈ ਹੈ 30 ਰੁਪਏ ਤੁਹਾਡੇ ਇੱਥੇ ਸੇਲ ਟੈਕਸ ਹੈ 10 ਰੁਪਏ ਤਾਂ ਇੱਥੇ ਫਲਾਂ ਟੈਕਸ ਹੈ 20 ਰੁਪਏ ਫਲਾਨ ਟੈਕਸ ਤੇ 100 ਰੁਪਏ ਫਲਾਨ ਟੈਕਸ ਇਦਾਂ ਕਰ ਕਰਾ ਕੇ ਮੈਨੂੰ 300 ਦੀ ਹੈਂਡਫਰੀ ਪਈ ਜੀ ਮਤਲਬ ਕਿ ਜੀ ਆਪਣੀ ਜਿਹੜੀ ਮਾਲੀਏ ਸੀਗੀ ਉਹ 195 ਰੁਪਏ ਦੀ ਸੀਗੀ ਲੇਕਿਨ ਕੀ ਇਹ ਕਰ ਕਰਾ ਕੇ ਦੇ ਉੱਪਰ ਮੈਨੂੰ ਕਿੰਨਾ 205 ਰੁਪਏ ਦਾ ਮੈਨੂੰ ਟੈਕਸ ਪੇ ਕਰਨਾ ਪਿਆ ਫੇ ਮੈਨੂੰ 300 ਰੁਪਏ ਦੀ ਸੋਰੀ ਹੈਂਡਫਰੀ ਮਿਲੀ ਉਹ ਪੂਰੇ 300 ਰੁਪਏ ਦੀ ਜਿਹੜੀ ਕਿ ਕੰਪਨੀ 95 ਰੁਪਏ ਦੀ ਦੇ ਰਹੀ ਆ ਮੈਂ ਦੁਕਾਨਦਾਰ ਨੂੰ ਟੈਕਸ ਦੇ ਰਿਹਾ ਮੈਂ ਗਵਰਨਮੈਂਟ ਨੂੰ ਟੈਕਸ ਦੇ ਰਿਹਾ ਮੈਂ ਲੈ ਕੇ ਜਿਹੜਾ ਬੰਦਾ ਆ ਰਿਹਾ ਮੈਂ ਉਹਨੂੰ ਟੈਕਸ ਦੇ ਰਿਹਾ ਮੈਂ ਇੱਥੇ ਤੱਕ ਕਿ ਮੈਂ ਜਿਹੜਾ ਗਿਆ ਲੈਣ ਵਾਸਤੇ ਮੈਂ ਉਹਦਾ ਵੀ ਟੈਕਸ ਦਿੱਤਾ ਆ ਸੜਾ ਫੇਕਾ ਦਾ ਟੈਕਸ ਦੇ ਦਿੱਤਾ ਫਿਰ 4000 ਰੁਪਏ ਦਾ ਇਹ ਦੱਸੋ ਵੀ ਮਾਲਾ ਜੀ ਜੀ ਤੇ ਕਿਸੇ ਦੇ ਖਾਣੇ ਚ ਗੱਲ ਬੜੀ ਤੇ ਮੈਨੂੰ ਲਾਜ਼ਮੀ ਦੱਸਣਾ ਤੁਸੀਂ ਕਿ ਯਾਰ ਇਹ ਪ੍ਰੋਫੈਸ਼ਨਲ ਟੈਕਸ ਕੀ ਚੀਜ਼ ਦਾ ਮੈਨੂੰ ਦੇ ਕੇ ਇਸ ਚੀਜ਼ ਦਾ ਇਹ ਗਵਰਨਮੈਂਟ ਕੀ ਹਰ ਚੀਜ਼ ਤੇ ਸਾਡਾ ਵਿਆਹ ਕਰਨ ਤੋਂ ਲੈ ਕੇ ਨਿਆਣਾ ਜੰਮਣੋਂ ਦੇ ਮਰਨ ਤੱਕ ਦਾ ਸੀ ਇਹ ਚੀਜ਼ ਦਾ ਟੈਕਸ ਦੇ ਰਿਹਾ ਤੇ ਤਾਂ ਕਿ ਕਫਨ ਤੱਕ ਦਾ ਅਸੀਂ ਪਾਕਿਸਤਾਨੀ ਲੋਕ ਟੈਕਸ ਦੇ ਰਹੇ ਆ ਫੇਰ ਯਾਰਾ ਕਿਸ ਚੀਜ਼ ਦਾ ਟੈਕਸ ਆ ਯਾਰ ਮੈਂ ਕੋਈ ਸਿਆਸੀ ਬੰਦਾ ਨਹੀਂ ਹੈਗਾ ਮੈਂ ਬਿਲਕੁਲ ਗੈਰ ਸਿਆਸੀ ਬੰਦਾ ਵਾਂ ਮੇਰਾ ਕਿਸੇ ਵੀ ਪਾਰਟੀ ਨਾਲ ਕੋਈ ਤਲਕ ਨਹੀਂ ਹੈਗਾ ਲੇਕਿਨ ਇਹ ਕਿ ਹਾਕਤ ਦੇ ਉਪਰ ਆਪੀ ਅਸੀਂ ਜਿਹੜਾ ਸਾਡਾ ਨਹੀਂ ਕਿ ਜੋ ਆਏਗਾ ਵੋਟ ਇਨਸ਼ਾਅੱਲਾ ਠੱਪਾ ਲਾਵਾਂਗੇ ਨਹੀਂ ਅਸੀਂ ਜਿੱਥੇ ਵੀ ਸਾਡਾ ਦਿਲ ਕਰੇਗਾ ਅਸੀਂ ਉੱਥੇ ਲਾਵਾਂਗੇ ਇਨਸ਼ਾਅੱਲਾ ਜੇ ਤੋਂ ਸ਼ੁਰੂ ਤੋਂ ਲਾਂਦੇ ਆ ਰਹੇ ਲੇਕਿਨ ਮੈਂ ਇਸ ਚੀਜ਼ ਨੂੰ ਮੈਂ ਤੁਹਾਨੂੰ ਕਹਿਣਾ ਚਾਹ ਰਿਹਾ ਕਿ ਯਾਰ ਅਗਰ ਜੇ ਗਿਸ ਨੂੰ ਸਮਝ ਆ ਜਾਵੇ ਜੇ ਲਾਜ਼ਮੀ ਵੀ ਤੁਸੀਂ ਦੱਸਣਾ ਵਾ ਕਿ ਇਹ 4000 ਰੁਪਏ ਦਾ ਟੈਕਸ ਆ ਮੇਰੀ ਕਾਪੀ ਕਿਤਾਬਾਂ ਦੁਕਾਨ ਵਾਲੇ ਕੁਸ਼ ਮ ਮੈਨੂੰ ਟੈਕਸ ਆ ਉਸ ਤੋਂ ਇਲਾਵਾ ਨਾਲ ਇਹ ਦੁਕਾਨਾਂ ਇਹ ਸਾਈਕਲ ਵਾਲੀ ਉਹ ਬਹੁਤ ਪਹਿਲੇ ਜਿਹਨੂੰ ਕਿ ਭੀ 25 ਸਾਲ ਹੋ ਗਏ ਮੇਰੇ ਖੱਬੇ ਪਾਸੇ ਇਹ ਦੁਕਾਨਾਂ ਕਰਿਆ ਉਹਨੂੰ ਵੀ ਕੁਝ ਮਹੀਨੇ ਹੋਏ ਆ ਉਹਨੂੰ ਵੀ ਟੈਕਸ ਆਇਆ ਯਾਰ ਇਹ ਟੈਕਸ ਦਾ ਕੰਮ ਆ ਨਾ ਜੀ ਅਸੀਂ ਜੋ ਅਸੀਂ ਲੈ ਕੇ ਆ ਰਹੇ ਉਹਦੇ ਉੱਪਰ ਸਟੈਕਸ ਪੇ ਨਹੀਂ ਕਰ ਰਹੇ ਕਿਸੇ ਵੀ ਚੀਜ਼ ਦਾ ਫੇਰ ਜਿਹੜਾ ਸਮਝ ਆਂਦਾ ਵਾ ਲੇਕਿਨ ਯਾਰ ਆ ਟੈਕਸ ਅਜੀਬ ਜਿਹਾ ਟੈਕਸ ਆ ਰਿਹਾ ਸਾਡੇ ਮਨ ਵਿੱਚ ਕੀ ਯਾਰ ਸਦਕੇ ਖਰਾਦਾਂ ਦੇ ਉੱਤੇ ਅਸੀਂ ਭਲਣਾ ਹੁਣ ਯਾਰ ਕੁਛ ਹੀ ਸੋਚਣਾ ਚਾਹੀਦਾ ਇਨਸਾਨ ਨੂੰ ਅਗਰ ਕਰਨਾ ਚਾ ਰਹੇ ਸੀ ਕੀ ਸਾਬ ਕਰਨਾ ਚਾ ਰਹੇ ਮੈਂ ਅੱਗੇ ਤੁਹਾਨੂੰ ਗੱਲ ਕੀਤੀ ਕਿ ਮੈਂ ਕੋਈ ਸਿਆਸੀ ਬੰਦਾ ਨਹੀਂ ਹੈਗਾ ਮੇਰੇ ਅੱਗੇ ਕਿਸੇ ਪਾਰਟੀ ਨਾਲ ਕੋਈ ਤਲਕ ਨਹੀਂ ਹੈਗਾ ਮੈਂ ਬਿਲਕੁਲ ਗੈਰ ਸਿਆਸੀ ਬੰਦਾ ਵਾਂ ਮੈਂ ਇੱਕ ਛੋਟਾ ਮੋਟਾ ਕੈਮਰਾਮੈਨ ਹੈ ਨਿੱਕੀ ਜਿਹੀ ਹੱੱਡੀ ਬਣਾਈ ਹੋਈ ਆਪਣੀ ਕਾਪੀਆਂ ਕਿਤਾਬਾਂ ਦੀ ਨਿੱਕ ਮੈਂ ਤੁਹਾਨੂੰ ਇਹ ਪੁੱਛਣਾ ਚਾ ਰਿਹਾ ਵਾਂ ਕਿ ਯਾਰ ਆ ਪ੍ਰੋਫੈਸ਼ਨਲ ਟੈਕ ਕਿਸ ਚੀਜ਼ ਆ ਜਿਹੜਾ ਮਿਲ ਹਕੂਮਤ ਪੰਜਾਬ ਵੱਲੋਂ ਆਇਆ ਵਾ ਕਿ ਆ ਇਕੱਲਾ ਮੇਰੇ ਇਲਾਕੇ ਚ ਆਇਆ ਵਾ ਕਿ ਜਾਂ ਫਿਰ ਪੂਰੇ ਪੰਜਾਬ ਚ ਆਇਆ ਵਾ ਜੇਕਰ ਪੂਰੇ ਪੰਜਾਬ ਚ ਹੋਇਆ ਤੇ ਮੈਨੂੰ ਇਹ ਦੱਸੋ ਤੁਸੀਂ ਕਿ ਪੂਰਾ ਪੰਜਾਬ ਤੁਹਾਨੂੰ ਟੈਕਸ ਨਹੀਂ ਦੇ ਰਿਹਾ ਹੈਗਾ ਹਰ ਇਨਸਾਨ ਤੁਹਾਨੂੰ ਟੈਕਸ ਦੇ ਰਿਹਾ ਆ ਵਾ ਕੋਈ ਮਰ ਰਿਹਾ ਵਾ ਤਾਂ ਟੈਕਸ ਦੇ ਰਿਹਾ ਕੋਈ ਪੈਦਾ ਹੋ ਰਿਹਾ ਤੁਹਾਨੂੰ ਤਾਂ ਟੈਕਸ ਦੇ ਰਿਹਾ ਹੋਰ ਤੁਹਾਨੂੰ ਕੀ ਚਾਹੀਦਾ ਯਾਰ ਕਿਹ ਚੀਜ਼ ਦਾ ਟੈਕਸ ਚਾਹੀਦਾ ਤੁਹਾਨੂੰ ਯਾਰ ਤੁਸੀਂ ਵੀ ਦੱਸੋ ਜਿਹੜੇ ਸੀ ਸਾਹ ਲੈ ਰਹੇ ਸਾਲਾ ਇਹਦਾ ਵੀ ਟੈਕਸ ਲੈ ਰਿਹਾ ਤੁਹਾਨੂੰ ਹੁਣ ਇਸ ਤੋਂ ਵੱਧ ਕਿ ਤੁਹਾਨੂੰ ਕੀ ਚਾਹੀਦਾ ਵਾ ਇਹ ਸਾਰੇ ਟੈਕਸ ਇੱਕ ਸਿਵਲ ਬੰਦੇ ਵਾਸਤੇ ਆ ਨਾ ਕਿ ਕਿਸੇ ਸਰਕਾਰੀ ਬੰਦੇ ਵਾਸਤੇ ਆ ਜੇ ਅਗਰ ਉਹਨਾਂ ਵਾਸਤੇ ਵੀ ਹੈ ਤੇ ਯਾਰ ਉਹਨਾਂ ਦਾ ਵੀ ਸ਼ੋਅ ਕਰੋ ਨਾ ਸਾਨੂੰ ਕਿਉਂਕਿ ਟੈਕਸ ਦੇ ਰਹੇ ਨੇ ਸਾਨੂੰ ਦੱਸੋ ਵੀ ਯਾਰਾ ਤੁਹਾਡੀ ਚੀਜ਼ ਆ ਤੁਸੀਂ ਇੱਥੇ ਬੈਠੇ ਹੋ ਤੁਹਾਨੂੰ ਇਸ ਚੀਜ਼ ਦਾ ਟੈਕਸ ਦੇ ਸਾਨੂੰ ਪਹਿਲੇ ਇਨਫੋਰਮ ਕਰੋ ਇੱਕ ਬੰਦਾ ਆ ਰਿਹਾ ਵਾ ਕੀ ਆ ਉਹ ਆ ਕੇ ਸਾਨੂੰ ਕੁਝ ਨਹੀਂ ਦੇ ਰਿਹਾ ਪੇਪਰ ਦੇ ਕੇ ਚਲਾ ਗਿਆ ਕੀ ਹੈ ਜੀ ਤੁਹਾਨੂੰ ਟੈਕਸ ਹੈ ਜੀ ਕਹਦਾ ਹੈ ਜੀ ਤੁਹਾਨੂੰ ਗਵਰਨਮੈਂਟ ਦੀ ਤਰਫੋਂ ਹੈ ਕਿ ਇਸ ਚੀਜ਼ ਦਾ ਬੇਤਰਤੀਬ ਇਹ ਤੁਹਾੜਾ ਹੀ ਪ੍ਰੋਫੈਸ਼ਨਲ ਟੈਕਸ ਹੈ ਮੈਂ ਕਹਾਂ ਜੀ ਯਾਰ ਇਹ ਕਿਸ ਤਰ੍ਹਾਂ ਆਇਆ ਵਾ ਕਹਿੰਦਾ ਬਾਈ ਤੁਸੀਂ ਪੇ ਕਰਨਾ ਮੈਂ ਕਹੇ ਲੱਗਿਆ ਹਰ ਚੀਜ਼ ਜਿਹੜੀ ਮੈਂ ਰੱਖੀ ਦੁਕਾਨ ਦੇ ਵਿੱਚ ਮੈਂ ਹਰ ਚੀਜ਼ ਦਾ ਟੈ ਇਥੇ ਤਾਂ ਕਿ ਸਾਰੇ ਜਿਹੜੇ ਤਾਲੇ ਖੋਲਣ ਵਾਲੇ ਹੁੰਦੇ ਤੇ ਮੈਂ ਤੇ ਉਹਦਾ ਵੀ ਟੈਕਸ ਦਿੱਤਾ ਭਰਾਵਾ ਨਹੀਂ ਤਾਂ ਬਸਲੇ ਵੀ ਨਹੀਂ ਹੈਗਾ ਕਿ ਤੁਸੀਂ ਜਿਹੜਾ ਦਿਲ ਕਰਦਾ ਤਾਂ ਜੀ ਸੀ ਜਦੋਂ ਤੁਸੀਂ ਉਹਦਾ ਸਭ ਟੈਕਸ ਪਾ ਦਿਓ ਯਾਰ ਕੀ ਸਾਫਾ ਗੱਦਾ ਚਾ ਰਹੇ ਹੋ ਯਾਰ ਖੁਦਾ ਦਾ ਖੋਪ ਕਰੋ ਕਿੰਨੇ ਪੈਸੇ ਚਾਹੀਦੇ ਤੁਹਾਨੂੰ ਜਿੰਨੇ ਚਾਹੀਦੇ ਤੁਸੀਂ ਯਾਰ ਆਪਣੇ ਤਜੋਰੀਆਂ ਚ ਕਿਉਂ ਨਹੀਂ ਗੱਢਦੇ ਸਾਡੀ ਇੱਕ ਟਿੱਕਾ ਚ ਗੱਡੇ ਦੇ ਰ ਯਾਰ ਕਿੱਥੋਂ ਦੇ ਰੀਏ ਤੱਕ ਪੈਸੇ ਕਾਹਦੇ ਟੈਕਸ ਲੈ ਰਹੇ ਹੋ ਸਾਡੇ ਕੋਲੋਂ ਮਿਹਰਬਾਨੀ ਯਾਰ ਮਾੜਾ ਜਾਂ ਮੇਰੀ ਸਾਰੀ ਗੱਲਾਂ ਦਾ ਚਾਨਣ ਪਾਓ ਤੇ ਉਹਨੇ ਜੇ ਲਈ ਛੁੱਟ ਨੇ